ਸੜਕ ਵਿਚਾਲੇ ਉਦੋਂ ਚੀਕ ਚਿਹਾੜਾ ਮੱਚ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ 4 ਲੋਕਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ਦੀ ਥਾਂ ਹੀ ਜਾਨ ਨਿਕਲ ਗਈ। ਦੱਸਿਆ ਜਾ ਰਿਹਾ ਹੈ ਕਿ ਇਹ 4 ਹੀ ਮਨਰੇਗਾ ਮਜ਼ਦੂਰ ਸਨ ਜੋ ਸੜਕ ਦੇ ਕੰਢੇ ਤੇ ਸਾਫ਼ ਸਫ਼ਾਈ ਦਾ ਕੰਮ ਕਰ ਰਹੇ ਸਨ ਤੇ ਇਸੇ ਵਿਚਾਲੇ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ ਤੇ ਇਹਨਾਂ ਨੂੰ ਦਰੜਦਾ ਹੋਇਆ ਉੱਥੋਂ ਨਿਕਲ ਜਾਂਦਾ ਹੈ। 4 ਦੀ ਹੀ ਮੌਕੇ ਤੇ ਮੌਤ ਹੋ ਗਈ ਹੈ, ਜਿਨ੍ਹਾਂ ਦੇ ਵਿੱਚ 4 ਪੁਰਸ਼ ਤੇ 1 ਮਹਿਲਾ ਸ਼ਾਮਲ ਹੈ। ਇਹਨਾਂ ਦੀ ਜਾਨ ਚਲੀ ਗਈ ਹੈ ਤੇ ਉਧਰ ਸੜਕ ਦੇ ਉੱਤੇ ਜਾਮ ਲਗਾਇਆ ਗਿਆ ਹੈ, ਧਰਨਾ ਲਾਇਆ ਗਿਆ ਹੈ ਮਨਰੇਗਾ ਮਜ਼ਦੂਰਾਂ ਦੇ ਵੱਲੋਂ। ਦੱਸ ਦਈਏ ਕਿ ਸੰਗਰੂਰ ਦੇ ਸੁਨਾਮ ਦੇ ਵਿੱਚ ਹਾਦਸਾ ਵਾਪਰਿਆ ਹੈ, ਜਿੱਥੇ ਪਟਿਆਲਾ ਮਾਨਸਾ ਰੋਡ ਦੇ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ, ਜਿੱਥੇ ਇਹ ਮਨਰੇਗਾ ਮਜ਼ਦੂਰ ਸਾਫ਼ ਸਫ਼ਾਈ ਦਾ ਕੰਮ ਕਰ ਰਹੇ ਹੁੰਦੇ ਨੇ ਸੜਕ ਦੇ ਕੰਢੇ ਤੇ, ਤਾਂ ਇਹ ਤੇਜ਼ ਰਫ਼ਤਾਰ ਟਰੱਕ ਉਹਨਾਂ ਨੂੰ ਕੁਚਲਦਾ ਹੋਇਆ ਲੰਘ ਜਾਂਦਾ ਹੈ, ਫਰਾਰ ਹੋ ਜਾਂਦਾ ਹੈ। ਮੌਕੇ ਤੇ ਹੀ ਚੀਕ ਚਿਹਾੜਾ ਮੱਚ ਜਾਂਦਾ ਹੈ ਤੇ ਬਾਕੀ ਮਜ਼ਦੂਰ ਵੀ ਇੱਥੇ ਸੜਕ ਤੇ ਇਕੱਠੇ ਹੋ ਜਾਂਦੇ ਨੇ। ਲਾਸ਼ਾਂ ਸੜਕ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਹੈ, ਰੋਡ ਜਾਮ ਕਰ ਦਿੱਤਾ ਗਿਆ, ਟਰੈਕਟਰ ਲਗਾ ਕੇ ਰਸਤਾ ਬੰਦ ਕਰਕੇ ਇੱਥੇ ਮੰਗ ਕੀਤੀ ਜਾ ਰਹੀ ਹੈ ਕਿ ਟਰੱਕ ਚਾਲਕ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਮਨਰੇਗਾ ਮਜ਼ਦੂਰ ਇੱਥੇ ਸੜਕ ਕੰਢੇ ਸਾਫ਼ ਸਫ਼ਾਈ ਦਾ ਕੰਮ ਕਰ ਰਹੇ ਸੀ, ਤਾਂ ਪਟਿਆਲਾ ਵਾਲੀ ਸਾਈਡ ਤੋਂ ਇਹ ਟਰੱਕ ਆਉਂਦਾ ਹੈ, ਬੜੀ ਹੀ ਤੇਜ਼ ਰਫ਼ਤਾਰ ਦੇ ਵਿੱਚ ਬਿਨਾਂ ਬ੍ਰੇਕਾਂ ਲਾਏ ਇਹਨਾਂ 4 ਨੂੰ ਕੁਚਲਦਾ ਹੋਇਆ ਲੰਘ ਜਾਂਦਾ ਹੈ। 4 ਦੀ ਹੀ ਥਾਂ ਹੀ ਜਾਨ ਨਿਕਲ ਜਾਂਦੀ ਹੈ, ਜਿਨ੍ਹਾਂ ਦੇ ਵਿੱਚ 3 ਪੁਰਸ਼ ਤੇ 1 ਮਹਿਲਾ ਦੱਸੀ ਜਾ ਰਹੀ ਹੈ ਜੋ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। ਮੌਤ ਹੋ ਗਈ ਹੈ ਤੇ ਉਧਰ ਮਨਰੇਗਾ ਮਜ਼ਦੂਰਾਂ ਦੇ ਵੱਲੋਂ ਵੀ ਹੰਗਾਮਾ ਕੀਤਾ ਗਿਆ ਹੈ, ਸੜਕ ਤੇ ਹੀ ਲਾਸ਼ਾਂ ਰੱਖ ਕੇ ਉਹਨਾਂ ਦੇ ਵੱਲੋਂ ਸੜਕ ਜਾਮ ਕੀਤੀ ਗਈ, ਟਰੈਕਟਰ ਲਗਾ ਕੇ ਰਾਹ ਬੰਦ ਕਰਕੇ ਇੱਥੇ ਟਰੱਕ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੌਕੇ ਤੇ ਪੁਲਿਸ ਵੀ ਪਹੁੰਚੀ ਹੋਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਉਸ ਟਰੱਕ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ। 1 ਮਹਿਲਾ, 3 ਮਰਦ ਦੱਸੇ ਜਾਂਦੇ ਨੇ ਤੇ ਉਮਰ ਵੀ ਜਿਹੜੀ ਹੈਗੀ ਹੈ 65 ਤੋਂ 70 ਸਾਲ ਦੱਸੀ ਜਾਂਦੀ ਹੈ ਜਿਨ੍ਹਾਂ ਦੀ ਮੌਤ ਹੋਈ ਹੈ। ਇਹ ਸਾਰੇ ਲੋਕ ਸੜਕ ਦੇ ਉੱਪਰ ਕੰਮ ਕਰ ਰਹੇ ਸੀ, ਮਹਿਜ 322 ਰੁਪਏ ਦਿਹਾੜੀ ਆ ਜਿਹਦੇ ਲਈ ਇਹ ਸੜਕ ਦੇ ਉੱਪਰ ਜਿਹੜੀ ਹੈਗੀ ਹੈ ਸਫਾਈ ਕਰ ਰਹੇ ਸੀ। ਜਿਹੜਾ ਇਹ ਨੀਚੇ ਘਾਹ ਉੱਗਿਆ ਹੋਇਆ, ਘਾਹ ਦੀ ਜਿਹੜੀ ਹੈ ਸਫਾਈ ਕੀਤੀ ਜਾ ਰਹੀ ਸੀ। ਤੁਹਾਨੂੰ ਪਤਾ ਕਦੋਂ ਲੱਗੇ ਵੀ ਇਹ ਹਾਦਸਾ ਹੋ ਗਿਆ, ਮੌਤ ਹੋ ਗਈ, ਉੱਪਰ ਅੱਗੇ ਚੜ ਗਿਆ? ਜਦੋਂ ਇਹ ਹਾਦਸਾ ਹੋਇਆ ਉਹ ਤੋਂ ਬਾਅਦ ਫਿਰ ਮਾਗਰ ਭੱਜਿਆ, ਕੁਛ ਇਹਨਾਂ ਨੂੰ ਸਾਹਮਣ ਲੱਗ ਗਏ, ਕੁਛ ਪਿੱਛੇ ਗਏ ਉਹਦੇ, ਫਿਰ ਉਹ ਭੱਜ ਗਏ, ਇੱਥੇ ਲੱਭਿਆ ਨੀ ਹੈਗਾ। ਪਰਿਵਾਰ ਵਾਲਿਆਂ ਨੂੰ ਲੱਗੇ ਸਨੇਹ? ਕਿਵੇਂ ਦੇਖਦੇ ਹੋ ਵੀ 322 ਰੁਪਏ ਪਿੱਛੇ? ਮੇਰੇ ਤਾਂ ਮਾਰ ਨੂੰ ਜਿੰਦਾ ਲੱਗ ਗਿਆ, ਮਸਾਂ ਜੂਨ ਗੁਜ਼ਾਰਾ ਕਰ, ਮੇਰੇ ਤਾਂ ਕੁਛ ਨੀ ਹੈਗਾ। ਤੇ ਨਹੀਂ ਮਤਲਬ ਕਮਾਉਣ ਵਾਲਾ ਪਿੱਛੇ ਕੋਈ ਨੀ ਰਿਹਾ? ਮੇਰੇ ਪੁੱਤ ਦਾ ਵੀ ਐਕਸੀਡੈਂਟ ਹੋ ਰਿਹਾ, ਹੋਰ ਮੇਰੇ ਕੁਛ ਵੀ ਨੀ, ਧੀਆਂ ਸਹੁਰੇ ਬਾਕੀਆਂ, ਮੇਰੇ ਤਾਂ ਕੋਈ ਨੀ ਹੈਗਾ ਕਮਾਉਣ। ਕਾਫੀ ਜਿਹੜੇ ਮਾੜੇ ਹਾਲਾਤ ਨੇ ਇੱਥੇ ਰਣਵੀਰ ਬਣੇ ਹੋਏ ਨੇ, ਲਾਸ਼ਾਂ ਹਜੇ ਤੱਕ ਫਿਲਹਾਲ ਨਹੀਂ ਚੱਕੀਆਂ ਗਈਆਂ। ਗੱਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਰੀਏ ਤਾਂ ਪੁਲਿਸ ਮੌਕੇ ਦੇ ਉੱਪਰ ਪਹੁੰਚ ਗਈ ਆ, ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰ ਇੱਕ ਜਿਹੜਾ ਮਾਮਲਾ ਹੈਗਾ ਨਿਬੇਟਿਆ ਜਾ ਰਿਹਾ। ਸਰ ਇੱਕ ਵਾਰ ਲਾਈਵ ਗੱਲਬਾਤ ਜ਼ਰੂਰ DSP ਸਾਹਿਬ ਨਾਲ ਕਰਨੀ। ਸੜਕ ਵਿਚਾਲੇ ਉਦੋਂ ਚੀਕ ਚਿਹਾੜਾ ਮੱਚ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ 4 ਲੋਕਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ਦੀ ਥਾਂ ਹੀ ਜਾਨ ਨਿਕਲ ਗਈ। ਦੱਸਿਆ ਜਾ ਰਿਹਾ ਹੈ ਕਿ ਇਹ 4 ਹੀ ਮਨਰੇਗਾ ਮਜ਼ਦੂਰ ਸਨ ਜੋ ਸੜਕ ਦੇ ਕੰਢੇ ਤੇ ਸਾਫ਼ ਸਫ਼ਾਈ ਦਾ ਕੰਮ ਕਰ ਰਹੇ ਸਨ ਤੇ ਇਸੇ ਵਿਚਾਲੇ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ ਤੇ ਇਹਨਾਂ ਨੂੰ ਦਰੜਦਾ ਹੋਇਆ ਉੱਥੋਂ ਨਿਕਲ ਜਾਂਦਾ ਹੈ। 4 ਦੀ ਹੀ ਮੌਕੇ ਤੇ ਮੌਤ ਹੋ ਗਈ ਹੈ, ਜਿਨ੍ਹਾਂ ਦੇ ਵਿੱਚ 4 ਪੁਰਸ਼ ਤੇ 1 ਮਹਿਲਾ ਸ਼ਾਮਲ ਹੈ। ਇਹਨਾਂ ਦੀ ਜਾਨ ਚਲੀ ਗਈ ਹੈ ਤੇ ਉਧਰ ਸੜਕ ਦੇ ਉੱਤੇ ਜਾਮ ਲਗਾਇਆ ਗਿਆ ਹੈ, ਧਰਨਾ ਲਾਇਆ ਗਿਆ ਹੈ ਮਨਰੇਗਾ ਮਜ਼ਦੂਰਾਂ ਦੇ ਵੱਲੋਂ।
ਦੱਸ ਦਈਏ ਕਿ ਸੰਗਰੂਰ ਦੇ ਸੁਨਾਮ ਦੇ ਵਿੱਚ ਹਾਦਸਾ ਵਾਪਰਿਆ ਹੈ, ਜਿੱਥੇ ਪਟਿਆਲਾ ਮਾਨਸਾ ਰੋਡ ਦੇ ਉੱਤੇ ਇੱਕ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ, ਜਿੱਥੇ ਇਹ ਮਨਰੇਗਾ ਮਜ਼ਦੂਰ ਸਾਫ਼ ਸਫਾਈ ਦਾ ਕੰਮ ਕਰ ਰਹੇ ਹੁੰਦੇ ਨੇ ਸੜਕ ਦੇ ਕੰਢੇ ਤੇ, ਤਾਂ ਇਹ ਤੇਜ਼ ਰਫ਼ਤਾਰ ਟਰੱਕ ਉਹਨਾਂ ਨੂੰ ਕੁਚਲਦਾ ਹੋਇਆ ਲੰਘ ਜਾਂਦਾ ਹੈ, ਫਰਾਰ ਹੋ ਜਾਂਦਾ ਹੈ। ਮੌਕੇ ਤੇ ਹੀ ਚੀਕ ਚਿਹਾੜਾ ਮੱਚ ਜਾਂਦਾ ਹੈ ਤੇ ਬਾਕੀ ਮਜ਼ਦੂਰ ਵੀ ਇੱਥੇ ਸੜਕ ਤੇ ਇਕੱਠੇ ਹੋ ਜਾਂਦੇ ਨੇ। ਲਾਸ਼ਾਂ ਸੜਕ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਹੈ, ਰੋਡ ਜਾਮ ਕਰ ਦਿੱਤਾ ਗਿਆ, ਟਰੈਕਟਰ ਲਗਾ ਕੇ ਰਸਤਾ ਬੰਦ ਕਰਕੇ ਇੱਥੇ ਮੰਗ ਕੀਤੀ ਜਾ ਰਹੀ ਹੈ ਕਿ ਟਰੱਕ ਚਾਲਕ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਮਨਰੇਗਾ ਮਜ਼ਦੂਰ ਇੱਥੇ ਸੜਕ ਕੰਢੇ ਸਾਫ਼ ਸਫਾਈ ਦਾ ਕੰਮ ਕਰ ਰਹੇ ਸੀ, ਤਾਂ ਪਟਿਆਲਾ ਵਾਲੀ ਸਾਈਡ ਤੋਂ ਇਹ ਟਰੱਕ ਆਉਂਦਾ ਹੈ, ਬੜੀ ਹੀ ਤੇਜ਼ ਰਫ਼ਤਾਰ ਦੇ ਵਿੱਚ ਬਿਨਾਂ ਬ੍ਰੇਕਾਂ ਲਾਏ ਇਹਨਾਂ ਚਾਰਾਂ ਨੂੰ ਕੁਚਲਦਾ ਹੋਇਆ ਲੰਘ ਜਾਂਦਾ ਹੈ। ਚਾਰਾਂ ਦੀ ਹੀ ਥਾਂ ਹੀ ਜਾਨ ਨਿਕਲ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਤਿੰਨ ਪੁਰਸ਼ ਤੇ ਇੱਕ ਮਹਿਲਾ ਦੱਸੀ ਜਾ ਰਹੀ ਹੈ ਜੋ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। ਮੌਤ ਹੋ ਗਈ ਹੈ ਤੇ ਉਧਰ ਮਨਰੇਗਾ ਮਜ਼ਦੂਰਾਂ ਦੇ ਵੱਲੋਂ ਵੀ ਹੰਗਾਮਾ ਕੀਤਾ ਗਿਆ ਹੈ, ਸੜਕ ਤੇ ਹੀ ਲਾਸ਼ਾਂ ਰੱਖ ਕੇ ਉਹਨਾਂ ਦੇ ਵੱਲੋਂ ਸੜਕ ਜਾਮ ਕੀਤੀ ਗਈ, ਟਰੈਕਟਰ ਲਗਾ ਕੇ ਰਾਹ ਬੰਦ ਕਰਕੇ ਇੱਥੇ ਟਰੱਕ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੌਕੇ ਤੇ ਪੁਲਿਸ ਵੀ ਪਹੁੰਚੀ ਹੋਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਉਸ ਟਰੱਕ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ। ਇੱਕ ਮਹਿਲਾ, ਤਿੰਨ ਮਰਦ ਦੱਸੇ ਜਾਂਦੇ ਨੇ ਤੇ ਉਮਰ ਵੀ ਜਿਹੜੀ ਹੈਗੀ ਹੈ 65 ਤੋਂ 70 ਸਾਲ ਦੱਸੀ ਜਾਂਦੀ ਹੈ, ਜਿਨ੍ਹਾਂ ਦੀ ਮੌਤ ਹੋਈ ਹੈ। ਇਹ ਸਾਰੇ ਲੋਕ ਸੜਕ ਦੇ ਉੱਪਰ ਕੰਮ ਕਰ ਰਹੇ ਸੀ, ਮਹਿਜ਼ 322 ਰੁਪਏ ਦਿਹਾੜੀ ਆ ਜਿਹਦੇ ਲਈ ਇਹ ਸੜਕ ਦੇ ਉੱਪਰ ਜਿਹੜੀ ਹੈਗੀ ਹੈ ਸਫਾਈ ਕਰ ਰਹੇ ਸੀ। ਜਿਹੜਾ ਇਹ ਨੀਚੇ ਘਾਹ ਉੱਗੇ ਹੋਏ, ਘਾਹ ਦੀ ਜਿਹੜੀ ਹੈ ਸਫਾਈ ਕੀਤੀ ਜਾ ਰਹੀ ਸੀ। ਤੁਹਾਨੂੰ ਪਤਾ ਕਦੋਂ ਲੱਗਿਆ ਵੀ ਇਹ ਹਾਦਸਾ ਹੋ ਗਿਆ, ਮੌਤ ਹੋ ਗਈ, ਉੱਪਰ ਅੱਗੇ ਚੜ ਗਿਆ? ਜਦੋਂ ਇਹ ਹਾਦਸਾ ਹੋਇਆ ਉਹ ਤੋਂ ਬਾਅਦ ਫਿਰ ਮਾਗਰ ਭੱਜਿਆ, ਕੁਛ ਇਹਨਾਂ ਨੂੰ ਸਾਹਮਣ ਲੱਗ ਗਏ, ਕੁਛ ਪਿੱਛੇ ਗਏ ਉਹਦੇ, ਫਿਰ ਉਹ ਭੱਜ ਗਏ, ਇੱਥੇ ਲੱਭਿਆ ਨਹੀਂ ਹੈਗਾ। ਪਰਿਵਾਰ ਵਾਲਿਆਂ ਨੂੰ ਲੱਗੇ ਸਨੇਹ? ਹਾਂ, ਇਹ ਨੂੰਹ ਆ ਦੀ, ਬਾਬੇ ਦੀ। ਕਿਵੇਂ ਦੇਖਦੇ ਹੋ ਵੀ 322 ਰੁਪਏ ਪਿੱਛੇ? ਮੇਰੇ ਤਾਂ ਮਾਰ ਨੂੰ ਜਿੰਦਾ ਲੱਗ ਗਿਆ, ਮਸਾਂ ਜੂਨ ਗੁਜ਼ਾਰਾ ਕਰ, ਮੇਰੇ ਤਾਂ ਕੁਛ ਨਹੀਂ ਹੈਗਾ। ਤੇ ਨਹੀਂ, ਮਤਲਬ ਕਮਾਉਣ ਵਾਲਾ ਪਿੱਛੇ ਕੋਈ ਨਹੀਂ ਰਿਹਾ? ਮੇਰੇ ਪੁੱਤ ਦਾ ਵੀ ਐਕਸੀਡੈਂਟ ਹੋ ਰਿਹਾ, ਹੋਰ ਮੇਰੇ ਕੁਛ ਵੀ ਨਹੀਂ, ਧੀਆਂ ਸਹੁਰੇ ਬਾਕੀਆਂ, ਮੇਰੇ ਤਾਂ ਕੋਈ ਨਹੀਂ ਹੈਗਾ ਕਮਾਉਣ। ਕਾਫੀ ਜਿਹੜੇ ਮਾੜੇ ਹਾਲਾਤ ਨੇ ਇੱਥੇ ਰਣਵੀਰ ਬਣੇ ਹੋਏ ਨੇ। ਲਾਸ਼ਾਂ ਹਜੇ ਤੱਕ ਫਿਲਹਾਲ ਨਹੀਂ ਚੱਕੀਆਂ ਗਈਆਂ। ਗੱਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਰੀਏ ਤਾਂ ਪੁਲਿਸ ਮੌਕੇ ਦੇ ਉੱਪਰ ਪਹੁੰਚ ਗਈ ਆ। ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰ ਇੱਕ ਜਿਹੜਾ ਮਾਮਲਾ ਹੈਗਾ ਨਿਬੇਟਿਆ ਜਾ ਰਿਹਾ। ਸਰ, ਇੱਕ ਵਾਰ ਲਾਈਵ ਗੱਲਬਾਤ ਜ਼ਰੂਰ DSP ਸਾਹਿਬ ਨਾਲ ਕਰਨੀ।